ਮੋਤਾ ਹਜ਼ਾਰਾਂ ਜ਼ਖਮੀ ਤੇ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾਖਵਾ ਕਰਨ ਹਿੰਤਾ ਦੀ ਆਗ ਵਿੱਚ ਸੜ ਰਿਹਾ ਬੰਗਲਾਦੇਸ਼ ਹਿੰਸਾ ਦੌਰਾਨ ਬੰਗਲਾਦੇਸ਼ ਵਿੱਚ ਚਾਰ ਮੰਦਰਾਂ ਤੇ ਹਮਲਾ 300 ਭਾਰਤੀ ਟਰੱਕ ਵੀ ਫਸੇ ਸ਼ੇਖ ਹਸੀਨਾ ਨੇ ਕਿਸ ਤੋਂ ਮੰਗੀ ਸ਼ਰਨ ਜਾਣੋਂ ਮਨਜ਼ੂਰੀ ਮਿਲਣ ਤੱਕ ਕਿੱਥੇ ਰਹਿਣ ਦੀ ਯੋਜਨਾ ਬੰਗਲਾਦੇਸ਼ ਵਿੱਚ ਵੱਡਾ ਤਖਤਾ ਪਲਟ ਜੇਕਰ ਤੁਹਾਡਾ ਕੋਈ ਨਜ਼ਦੀਕੀ ਇੱਥੇ ਫਸ ਗਿਆ ਤਾਂ ਕਿਵੇਂ ਕਰ ਸਕਦੇ ਹੋ ਮਦਦ ਕੀ ਹੈ ਤਰੀਕਾ ਆਖਰ ਕਿਉਂ ਹੋ ਰਿਹਾ ਸਾਰਾ ਵਿਵਾਦ ਗੱਲ ਕਰਾਂਗੇ ਵਿਸਥਾਰ ਵਿੱਚ ਸਸਟ੍ਰਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਤੁਹਾਡੇ ਨਾਲ ਬਰਨ ਕੌਰ ਭਾਨ ਬੰਗਲਾਦੇਸ਼ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਦਰਅਸਲ 1971 ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅੰਦੋਲਨ 'ਚ ਹਿੱਸਾ ਲੈਣ ਵਾਲੇ ਲੋਕਾਂ ਦੇ ਵੰਛਜਾਂ ਨੂੰ ਸਿਵਲ ਸੇਵਾ ਤੇ ਜਨਤਕ ਖੇਤਰ ਦੀਆਂ ਨੌਕਰੀਆਂ 'ਚ 30 ਫੀਸਦੀ ਕੋਟਾ ਦਿੱਤਾ ਕੋਟਾ ਪ੍ਰਣਾਲੀ 1972 ਵਿੱਚ ਹਸੀਨਾ ਦੇ ਪਿਤਾ ਪ੍ਰਧਾਨ ਮੰਤਰੀ ਸ਼ੇਖ ਮੁਜੀਬੂ ਰਹਿਮਾਨ ਦੁਆਰਾ ਪੇਸ਼ ਕੀਤੀ ਗਈ। ਹਾਲਾਂਕਿ ਅਕਤੂਬਰ 2018 ਵਿੱਚ ਹਸੀਨਾ ਵਿਦਿਆਰਥੀਆਂ ਦੇ ਵੱਡੇ ਵਿਰੋਧ ਦੇ ਵਿਚਕਾਰ ਸਾਰੇ ਰਾਖਵੇਂਕਰਨ ਨੂੰ ਖਤਮ ਕਰਨ ਲਈ ਸਹਿਮਤ ਹੋ ਗਏ ਸਨ। ਇਸ ਸਾਲ ਜੂਨ ਦੇ ਵਿੱਚ ਹਾਈ ਕੋਰਟ ਨੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ। 1971 ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਪਟੀਸ਼ਨ ਤੇ ਅਦਾਲਤ ਨੇ ਕੋਟਾ ਬਹਾਲ ਕਰ ਦਿੱਤਾ। ਅਦਾਲਤ ਦੇ ਹੁਕਮਾਂ ਤੋਂ ਬਾਅਦ 56% ਸਰਕਾਰੀ ਨੌਕਰੀਆਂ ਖਾਸ ਸਮੂਹ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਸੀ। ਇਹਨਾਂ ਨਾਮਵਰ ਵਿਅਕਤੀਆਂ ਵਿੱਚ ਆਜ਼ਾਦੀ ਕੁਲਾਟੀਏ ਦੇ ਬੱਚੇ ਅਤੇ ਪੋਤੇ-ਪੋਤੀਆਂ, ਔਰਤਾਂ ਤੇ ਪਛੜੇ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਨੇ। ਇਹਨਾਂ ਕਾਰਨਾਂ ਨੇ ਬੰਗਲਾਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਪੁੱਛਿਆ ਕਿ ਆਜ਼ਾਦੀ ਕੁਲਾਟੀਆਂ ਦੀ ਤੀਜੀ ਪੀੜ੍ਹੀ ਨੂੰ ਫਾਇਦਾ ਕਿਉਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇਵਲ ਯੋਗਤਾ ਦੇ ਆਧਾਰ 'ਤੇ ਭਰਤੀ ਕਰਨ ਦੀ ਮੰਗ ਕੀਤੀ ਗਈ। ਰਾਖਵੇਕਰਨ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਵਿੱਚ ਸ਼ੁਰੂ ਹੋਏ ਵਿਸ਼ਾਲ ਪ੍ਰਦਰਸ਼ਨਾਂ ਨੇ ਹਾਲ ਹੀ ਦੇ ਵਿੱਚ ਇੱਕ ਮਹੱਤਵਪੂਰਨ ਸਰਕਾਰ ਵਿਰੋਧੀ ਅੰਦੋਲਨ ਨੂੰ ਬਦਲ ਦਿੱਤਾ ਹੈ ਇਸ ਵਿੱਚ ਸ਼ੇਖ ਹਸੀਨਾ ਦੇ ਸਥਿਪੇ ਦੀ ਮੰਗ ਕੀਤੀ ਗਈ ਸੀ ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ ਅੰਦੋਲਨ ਦੇ ਦੌਰਾਨ ਕਿਹਾ ਗਿਆ ਸੀਗਾ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਦਿੱਤਾ ਜਾਏਗਾ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾਏਗਾ ਇਸ ਦੇ ਨਾਲ ਹੀ ਸਕਤਰੇਤ ਅਤੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਵੀ ਬੰਗਲਾਦੇਸ਼ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਹੁਣ ਘੱਟ ਗਿਣਤੀ ਹਿੰਦੂਆਂ ਸ਼ੇਖ ਹਸੀਨਾ ਦੇ ਸਮਰਥਕਾਂ ਤੇ ਉਹਨਾਂ ਦੀ ਪਾਰਟੀ ਆਵਾਮੀ ਲੀਗ ਤੇ ਉਹਨਾਂ ਦੇ ਆਦਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੋਮਵਾਰ ਨੂੰ ਸ਼ਰਾਰਤੀ ਅੰਜਰਾਂ ਨੇ ਜਸੋਰੋ ਦੇ ਇੱਕ ਹੋਟਲ ਨੂੰ ਅੱਗ ਲਾ ਦਿੱਤੀ ਜਿਸ ਵਿੱਚ 8 ਲੋਕ ਝੋਲਸ ਗਏ 84 ਹੋਰ ਜ਼ਖਮੀ ਹੋ ਗਏ ਜਿਸ ਹੋਟਲ ਵਿੱਚ ਅੱਗ ਲੱਗੀ ਉਹ ਆਵਾਮੀ ਲੀਗ ਆਗੂ ਸ਼ਾਹੀਨ ਚਕਲਦਾਰ ਦਾ ਹੈ ਚਕਲਦਾਰ ਜਸੋਰ ਦੇ ਆਵਾਮੀ ਲੀਗ ਦਾ ਜਰਨਲ ਸਖਤਰ ਹੈ ਡਿਪਟੀ ਕਮਿਸ਼ਨਰ ਨੇ ਅੱਗ ਲੱਗਣ ਦੀ ਖਬਰ ਦੀ ਪੁਸ਼ਟੀ ਕੀਤੀ ਮ੍ਰਿਤਕਾਂ ਦੇ ਵਿੱਚ ਦੋ ਦੀ ਪਛਾਣ 20 ਸਾਲਾ ਚIAN ਅਤੇ 19 ਸਾਲਾ ਸਿਦਾਨ ਹੁਸੈਨ ਵਜੋ ਹੋਈ ਹੈ ਜਸ਼ੋਰ ਜਰਨਲ ਹਸਪਤਾਲ ਦੇ ਇੱਕ ਕਰਮਚਾਰੀ ਹਾਰੂਨ ਯਾ ਰਸ਼ੀਦ ਨੇ ਦੱਸਿਆ ਕਿ ਹਸਪਤਾਲ 'ਚ ਘੱਟੋ ਘੱਟ 84 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਨਾ 'ਚ ਜ਼ਿਆਦਾਤਰ ਵਿਦਿਆਰਥੀ ਨੇ ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਡੇਲੀ ਸਟਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਦੇਸ਼ ਵਿੱਚ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਘੱਟੋ-ਘੱਟ 27 ਜ਼ਿਲ੍ਹਿਆਂ ਵਿੱਚ ਭੀੜਵਾਲੋਂ ਹਿੰਦੂ ਘਰਾਂ ਤੇ ਵਪਾਰਕ ਅਦਾਰਿਆਂ ਤੇ ਹਮਲੇ ਕੀਤੇ ਗਏ ਸੀ ਜਦੋਂ ਕਿ ਉਹਨਾਂ ਦਾ ਕੀਮਤੀ ਸਮਾਨ ਵੀ ਲੁੱਟਿਆ ਗਿਆ ਸੀ ਲਾਲ ਮੋਨੀਰ ਹਾਰਟ ਦੇ ਤੈਲੀਪਾੜਾ ਪਿੰਡ ਵਿੱਚ ਸ਼ਰਾਰਤੀ ਅੰਜਰਾਨੇ ਪੂਜਾ ਉਜਾਪਣ ਪਰਿਸ਼ਦ ਦੇ ਸਕੱਤਰ ਪ੍ਰਦੀਪ ਚੰਦਰ ਰਾਏ ਦੇ ਘਰ ਚਪੰਤੋੜ ਕੀਤੀ ਅਤੇ ਲੁੱਟਮਾਰ ਕੀਤੀ ਉਹਨਾਂ ਨੇ ਥਾਣਾ ਰੋਡ ਤੇ ਜ਼ਿਲ੍ਹਾ ਦੀ ਪੂਜਾ ਉਦਪਾਨ ਪਰਿਸ਼ਦ ਦੇ ਮਿਊਨਿਸਪਲ ਮੈਂਬਰ ਮਹੀਨ ਰਾਏ ਦੀ ਕੰਪਿਊਟਰ ਦੀ ਦੁਕਾਨ ਦੀ ਵੀ ਪੰਨਤੋੜ ਕੀਤੀ ਤੇ ਲੁੱਟਮਾਰ ਕੀਤੀ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਾਲੀ ਗੰਜ ਉਪ ਜ਼ਿਲ੍ਹੇ ਦੇ ਚੰਦਰਪੁਰ ਪਿੰਡ ਵਿੱਚ ਚਾਰ ਹਿੰਦੂ ਪਰਿਵਾਰਾਂ ਦੇ ਘਰਾਂ ਦੀ ਪੰਨਤੋੜ ਕੀਤੀ ਗਈ ਤੇ ਲੁੱਟਮਾਰ ਕੀਤੀ ਗਈ ਬੰਗਲਾਦੇਸ਼ ਦੇ ਸ਼ੇਰਪੁਰ ਜ਼ਿਲ੍ਹਾ ਜੇਲ੍ਹ ਤੇ ਤਾਵਾ ਬੋਲਿਆ ਤੇ ਕਰੀਬ 500 ਕੈਦੀਆਂ ਨੂੰ ਜੇਲ੍ਹ ਤੋਂ ਭੱਜਣ 'ਚ ਮਦਦ ਕੀਤੀ। ਸੋਮਵਾਰ ਨੂੰ ਕਰਫਿਊ ਦੇ ਦੌਰਾਨ ਲਾਠੀਆਂ ਤੇ ਹਥਿਆਰਾਂ ਨਾਲ लैस ਸਥਾਨਕ ਭੀੜ ਨੇ ਜਲੂਸ ਕੱਢਿਆ। ਇਸ ਦੌਰਾਨ ਭੀੜ ਨੇ ਸ਼ਹਿਰ ਦੇ ਦਮਦਮਾ, ਕਾਲੀਗੰਜ ਇਲਾਕੇ 'ਚ ਸਥਿਤ ਜ਼ਿਲ੍ਹਾ ਜੇਲ੍ਹ ਤੇ ਹਮਲਾ ਕਰ ਦਿੱਤਾ। ਲਿਟਨ ਦਾਸ ਅਤੇ ਮਸ਼ਫਰੇ ਮਰਤਾਜ਼ਾ ਦੇ ਘਰ ਵੀ ਸਾੜ ਦਿੱਤੇ ਗਏ ਬਦਮਾਸ਼ਾਂ ਨੇ ਆਵਾਮੀ ਲੀਗ ਦੇ ਸੰਸਦ ਮੈਂਬਰ ਕਾਜ਼ੀ ਨਬੀਲ ਦੇ ਘਰ ਦੀ ਪੰਨ ਤੋੜ ਕੀਤੀ ਅਤੇ ਅੱਗ ਲਗਾ ਦਿੱਤੀ ਬੰਗਲਾਦੇਸ਼ ਦੇ ਕ੍ਰਿਕਟਰ ਲਿਟਨ ਦਾਸ ਅਤੇ ਸਾਬਕਾ ਕਪਤਾਨ ਮਸ਼ਫਰੇ ਮਰਤਾਜ਼ਾ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਮਰਤਾਜ਼ਾ ਆਵਾਮੀ ਲੀਗ ਦੇ ਨੇਤਾ ਨੇ ਉਹਨਾਂ ਨੇ ਸ਼ੇਖ ਹਸੀਨਾ ਦੀ ਪਾਰਟੀ ਤੋਂ ਜਨਵਰੀ ਵਿੱਚ ਹੋਈਆਂ ਆਮ ਚੋਣਾਂ ਲੜੀਆਂ ਤੇ ਸੰਸਦ ਮੈਂਬਰ ਬਣੇ ਲਿਟਨ ਦਾਸ ਬੰਗਲਾਦੇਸ਼ ਕ੍ਰਿਕਟ ਟੀਮ ਦਾ ਵਿਕਟ ਕੀਪਰ ਅਤੇ ਸਲਾਮੀ ਬੱਲੇਬਾਜ਼ ਹੈ ਉਹ ਕਟਕਿੰਨ ਤੇ ਹਿੰਦੂ ਭਾਈਚਾਰੇ ਤੋਂ ਆਉਂਦਾ ਹੈ। ਰਾਜਧਾਨੀ ਢਾਕਾ ਵਿੱਚ ਵੱਖ-ਵੱਖ ਥਾਵਾਂ ਤੇ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦਾ ਜਸ਼ਨ ਮਨਾਉਂਦੇ ਦੇਖੇ ਗਏ। ਜਸ਼ਨ ਦੇ ਦੌਰਾਨ ਕੁਝ ਲੋਕਾਂ ਨੇ ਚਿਤਾਮੌਰ ਇਲਾਕੇ ਦੇ ਜ਼ਬੀਰ ਹੋਟਲ ਨੂੰ ਅੱਗ ਲਾ ਦਿੱਤੀ, ਫਰਨੀਚਰ ਦੀ ਭੰਨਤੋੜ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਅਬਾਮੀ ਲੀਗ ਦੇ ਦਫ਼ਤਰ ਅਤੇ ਸ਼ਾਰਸ਼ਾ ਅਤੇ ਬਿਨਾਪੋਲ ਖੇਤਰ 'ਚ ਤਿੰਨ ਹੋਰ ਅਵਾਮੀ ਲੀਗ ਨੇਤਾਵਾਂ ਦੇ ਘਰਾਂ ਤੇ ਬਦਮਾਸ਼ਾਂ ਨੇ ਹਮਲਾ ਕੀਤਾ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਛੱਡਣ ਤੋਂ ਬਾਅਦ ਬ੍ਰਿਟੇਨ ਤੋਂ ਸ਼ਰਨ ਮੰਗੀ ਹੈ ਜਦੋਂ ਤੱਕ ਬ੍ਰਿਟਿਸ਼ ਸਰਕਾਰ ਉਸ ਨੂੰ ਰਾਜਨੀਤਿਕ ਸ਼ਰਨ ਨਹੀਂ ਦਿੰਦੀ ਉਹ ਅਸਥਾਈ ਤੌਰ ਤੇ ਭਾਰਤ ਵਿੱਚ ਰਹਿਣਗੇ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਸ਼ੇਖ ਹਸੀਨਾ ਨੂੰ ਬ੍ਰਿਟੇਨ ਵਿੱਚ ਸ਼ਰਨ ਲੈਣ ਦੇ ਲਈ ਵਿਆਪਕ ਫੌਜੀ ਸਹਾਇਤਾ ਪ੍ਰਦਾਨ ਕਰੇਗਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਅਸਤੀਫੇ ਤੋਂ ਬਾਅਦ ਸ਼ੇਖ ਹਸੀਨਾ ਦੇਸ਼ ਛੱਡ ਕੇ ਚਲੇ ਗਏ ਸੋਮਵਾਰ ਸ਼ਾਮ ਨੂੰ ਉਹਨਾਂ ਦਾ ਹੈਲੀਕਾਪਟਰ ਭਾਰਤ ਦੇ ਹਿੰਡਨ 에ਅਰ ਬੇਸ ਤੇ ਉਤਰਿਆ ਇੱਥੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਥੇ ਸਖਤ ਸੁਰੱਖਿਆ ਦਿੱਤੀ ਜਾ ਰਹੀ ਸੀ ਮੰਨਿਆ ਜਾ ਰਿਹਾ ਕਿ ਉਹ ਭਾਰਤ ਦੇ ਰਾਹ ਲੰਡਨ ਜਾਣਗੇ ਇੱਕ ਰਿਪੋਰਟ ਦੇ ਮਤਾਬਕ ਉਹਨਾਂ ਨੇ ਬ੍ਰਿਟਿਸ਼ ਸਰਕਾਰ ਤੋਂ ਸ਼ਰਨ ਮੰਗੀ ਹੈ ਹਾਲਾਂਕਿ ਹੁਣ ਤੱਕ ਬ੍ਰਿਟਿਸ਼ ਸਰਕਾਰ ਨੇ ਸ਼ੇਖ ਹਸੀਨਾ ਨੂੰ ਸ਼ਰਨ ਦੇਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਉਸ ਦੀ ਛੋਟੀ ਭੈਣ ਰਹਿਾਨਾ ਬ੍ਰਿਟੇਨ ਦੇ ਨਾਗਰਿਕ ਨੇ ਰਹਿਾਨਾ ਦੀ ਬੇਟੀ ਟਿਊਲਿਪ ਸਦੀਕ ਵੀ ਲੇਬਰ ਪਾਰਟੀ ਤੋਂ ਬ੍ਰਿਟਿਸ਼ ਪਾਰਲੀਮੈਂਟ ਦੀ ਮੈਂਬਰ ਭਾਰਤ ਸਰਕਾਰ ਟਾਕਾ ਚ ਹੋ ਰਹੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੀ ਹੈ ਭਾਰਤ ਸਰਕਾਰ ਨੇ ਸ਼ੇਖ ਹਸੈਨਾ ਨੂੰ ਬ੍ਰਿਟੇਨ ਵਿੱਚ ਸ਼ਰਨ ਮਿਲਣ ਤੱਕ ਅਸਥਾਈ ਤੌਰ ਤੇ ਸਟੇ ਦਿੱਤੀ ਹੈ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਸੀਨਾ ਦੇ ਅਸਥਿਵਾ ਦੇ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਹਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਐਤਵਾਰ ਨੂੰ ਝੜਪਾਂ ਹੋਈਆਂ ਕੁਝ ਦਿਨ ਪਹਿਲਾਂ ਪੁਲਿਸ ਅਤੇ ਜ਼ਿਆਦਾਤਰ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ 'ਚ 200 ਤੋਂ ਵੱਧ ਲੋਕ ਮਾਰੇ ਗਏ ਇੱਥੇ ਇੱਕ ਪੰਦਰਵਾੜੇ 'ਚ ਘੱਟੋ-ਘੱਟ 300 ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਦਰਸ਼ਨਕਾਰੀ ਵਿਵਾਦਤ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਨੇ ਇਸ ਤਹਿਤ 1971 ਵਿੱਚ ਬੰਗਲਾਦੇਸ਼ੀ ਦੀ ਆਜ਼ਾਦੀ ਦੀ ਲੜਾਈ ਵਿੱਚ ਲੜਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ 'ਚ 30% ਦੀ ਰਾਖਵਾਕਰਨ ਦਿੱਤਾ ਗਿਆ ਸੀ। ਬੰਗਲਾਦੇਸ਼ ਦੀ ਵਰਕਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਰਾਜਨੀਤੀ ਵਿੱਚ ਵਾਪਸ ਨਹੀਂ ਆਉਣਗੇ। ਉਹਨਾਂ ਦੇ ਪੁੱਤਰ ਅਤੇ ਸਾਬਕਾ ਸਰਕਾਰੀ ਸਲਾਹਕਾਰ ਸਾਜਿਬ ਵਾਜੇਦ ਨੇ ਸੋਮਵਾਰ ਨੂੰ ਇਹ ਦਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ਼ੇਖ ਹਸੀਨਾ ਆਪਣੇ ਪਰਿਵਾਰ ਦੇ ਕਹਿਣ ਤੇ ਅਤੇ ਆਪਣੀ ਸੁਰੱਖਿਆ ਲਈ ਦੇਸ਼ ਛੱਡ ਕੇ ਗਏ ਨੇ। ਕਰੇਲੂ ਬਰਾਮਦਕਾਰਾਂ ਨੇ ਸੋਮਵਾਰ ਨੂੰ ਬੰਗਲਾਦੇਸ਼ ਵਿੱਚ ਸੰਕਟ ਤੇ ਜਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਗੌਂਡੀ ਦੇਸ਼ ਤੇ ਘਟਨਾਕ੍ਰਮ ਦਾ ਦੋ ਪੱਕੀ ਵਪਾਰ ਤੇ ਅਸਰ ਪਵੇਗਾ ਬਰਾਮਦਕਾਰਾਂ ਨੂੰ ਹਾਲਾਂਕਿ ਉਮੀਦ ਹੈ ਕਿ ਸਥਿਤੀ ਜਲਦ ਹੀ ਆਮ ਵਾਂਗ ਹੋ ਸਕਦੀ ਹੈ ਬਰਾਮਦਕਾਰਾਂ ਦੇ ਮਤਾਬਕ ਬੰਗਲਾਦੇਸ਼ ਵਿੱਚ ਵਿਦੇਸ਼ੀ ਕ੍ਰਾਂਤੀ ਦੀ ਕਮੀ ਕਾਰਨ ਉਹਨਾਂ ਨੂੰ ਪਹਿਲਾਂ ਹੀ ਬਰਾਮਦ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਦੀ ਸਰਹੱਦ ਤੇ ਬੰਗਲਾਦੇਸ਼ ਨੂੰ ਬਰਾਮਦ ਦੇ ਲਈ ਪਹੁੰਚੇ ਜਲਦ ਖਰਾਬ ਹੋਣ ਵਾਲੇ ਸਮਾਨ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਬੰਗਲਾਦੇਸ਼ ਵਿੱਚ ਹੁਣ ਅੰਦਰੂਨੀ ਚਰਚਾ ਸੱਤਾ ਸੰਭਾਲ ਰਹੀ ਹੈ ਹਜ਼ੀਨਾ ਸਰਕਾਰ ਦੇ ਖਿਲਾਫ ਪਿਛਲੇ ਦੋ ਦਿਨਾਂ ਚ ਹੋਏ ਵਿਰੋਧ ਪ੍ਰਦਰਸ਼ਨਾਂ ਚ 100 ਤੋਂ ਵੱਧ ਲੋਕ ਮਾਰੇ ਗਏ ਨੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਅਜੇ ਸਹਾਇ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸੰਕਟ ਕਾਰਨ ਸਾਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਾਨੂੰ ਉਮੀਦ ਹੈ ਕਿ ਸਥਿਤੀ ਜਲਦ ਠੀਕ ਹੋ ਜਾਏਗੀ ਤੇ ਵਪਾਰ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਬੰਗਲਾਦੇਸ਼ ਵਿੱਚ ਇੱਕ ਹਿੰਸਕ ਭੀੜ ਨੇ ਟਾਕਾ ਚਿੰਦਰਾ ਗਾਂਧੀ ਸੱਭਿਆਚਾਰਕ ਕੇਂਦਰ ਅਤੇ ਚਾਰ ਹਿੰਦੂ ਮੰਦਰਾਂ ਤੇ ਹਮਲਾ ਕੀਤਾ ਹੈ ਇਨ੍ਹਾਂ ਹਮਲਿਆਂ ਵਿੱਚ ਮੰਦਰਾਂ ਨੂੰ ਮਾਮਲੀ ਨੁਕਸਾਨ ਪਹੁੰਚਿਆ ਹੈ ਅਪੋਸ਼ਤ ਜਾਣਕਾਰੀ ਹੈ ਕਿ ਕੁਝ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਬੰਗਲਾਦੇਸ਼ ਦੀ ਹਿੰਦੂ ਬੋਧੀ ਅਤੇ ਇਸਾਈ ਏਕਤਾ ਪਰਿਸ਼ਦ ਦੀ ਨੇਤਾ ਕਾਜੋਲ ਦੇਵਨਾਥ ਨੇ ਕਿਹਾ ਕਿ ਦੇਸ਼ ਦੇ ਚਾਰ ਮੰਦਰਾਂ ਤੇ ਹਮਲਾ ਹੋਇਆ ਹੈ ਇਨ੍ਹਾਂ ਹਮਲਿਆਂ ਦੇ ਵਿੱਚ ਮੰਦਰਾਂ ਨੂੰ ਮਾਮਲੀ ਨੁਕਸਾਨ ਪਹੁੰਚਿਆ ਹੈ ਵਰਦਾਨ ਮੰਤਰੀ ਹਸੀਨਾ ਨੂੰ ਸੱਤਾ ਤੋਂ ਲਾਂਬੇ ਕਰਨ ਤੋਂ ਬਾਅਦ ਦੀ ਸਥਿਤੀ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਲੋਕਾਂ 'ਚ ਡਰ ਹੈ ਪਰ ਅਜੇ ਤੱਕ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ। ਪੀੜ ਦੇ ਵੱਲੋਂ ਨਿਸ਼ਾਨਾ ਬਣਾਏ ਗਏ ਭਾਰਤੀ ਸੱਭਿਆਚਾਰਕ ਕੇਂਦਰ ਦਾ ਮਾਰਚ 2010 ਵਿੱਚ ਉਦਘਾਟਨ ਕੀਤਾ ਗਿਆ ਸੀ। ਇਹ ਕੇਂਦਰ ਯੋਗਾ, ਹਿੰਦੀ, ਭਾਰਤੀ ਸ਼ਾਸਤਰੀ ਸੰਗੀਤ ਅਤੇ ਭਾਰਤੀ ਨ੍ਰਿਤ ਕਲਾਵਾਂ ਬਾਰੇ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕਰਦਾ ਹੈ। ਇਸ ਕੇਂਦਰ ਦੇ ਲਾਇਬ੍ਰੇਰੀ ਦੇ ਵਿੱਚ ਭਾਰਤ ਦੇ ਨਾਲ ਸੰਬੰਧਿਤ 20000 ਪੁਸਤਕਾਂ ਦਾ ਭੰਡਾਰ ਵੀ ਹੈ। ਬੰਗਲਾਦੇਸ਼ ਵਿੱਚ ਜਾਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਭਾਰਤ ਬੰਗਲਾਦੇਸ਼ ਸਰਹੱਦ ਤੇ ਪੈਟਰਾਪੌਲ ਲੈਂਡਪੋਰਟ ਤੋਂ ਮਾਲ ਦੀ ਆਵਾਜਾਈ ਠੱਪ ਹੋ ਗਈ ਪੈਟਰਾਪੌਲ ਦੀ ਕਲੀਅਰਿੰਗ ਏਜੰਟ ਸਟਾਫ ਬੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਕਾਰਤਿਕ ਚੱਕਰਵਰਤੀ ਨੇ ਦੱਸਿਆ ਕਿ 250 ਤੋਂ 300 ਭਾਰਤੀ ਟਰੱਕ ਬੰਗਲਾਦੇਸ਼ ਪਾਰਲੇ ਪਾਸੇ ਫਸੇ ਹੋਏ ਨੇ ਪੈਟਰਾਪੌਲ ਭਾਰਤ ਬੰਗਲਾਦੇਸ਼ ਸਰਹੱਦ ਤੇ ਸਥਿਤ ਇੱਕ ਜ਼ਮੀਨੀ ਬੰਦਰਗਾਹ ਹੈ ਚੱਕਰਵਰਤੀ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਨਵੇਂ ਪ੍ਰਸ਼ਾਸਨ ਨੂੰ ਟਰੱਕਾਂ, ਮਾਲ ਅਤੇ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਬੇਨਤੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜ਼ਮੀਨੀ ਬੰਦਰਗਾਹ ਪੈਟਰਾਪੌਲ ਰਾਹੀਂ ਹਰ ਰੋਜ਼ ਔਸਤਨ 450 ਤੋਂ 500 ਟਰੱਕ ਭਾਰਤ ਤੋਂ ਬੰਗਲਾਦੇਸ਼ ਜਾਂਦੇ ਨੇ ਦੂਜੇ ਪਾਸੇ ਤਕਰੀਬ 150 ਤੋਂ 250 ਟਰੱਕ ਆਉਂਦੇ ਨੇ ਬੰਗਲਾਦੇਸ਼ ਵਿੱਚ ਲਗਭਗ 15000 ਭਾਰਤੀ ਨਾਗਰਿਕ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਕੁਝ ਅਜਿਹੇ ਨੇ ਜੋ ਰੋਜ਼ਗਾਰ ਦੀ ਭਾਲ ਵਿੱਚ ਗਏ ਨੇ ਤੇ ਬਾਕੀ ਵਿਦਿਆਰਥੀ ਨੇ ਅੰਕੜਿਆਂ ਦੇ ਮੁਤਾਬਕ ਬੰਗਲਾਦੇਸ਼ ਵਿੱਚ ਲਗਭਗ 8500 ਭਾਰਤੀ ਵਿਦਿਆਰਥੀ ਪੜ੍ਹਦੇ ਨੇ ਬੰਗਲਾਦੇਸ਼ ਵਿੱਚ ਇਨੀ ਦਿਨੀ ਹਿੰਸਾ ਹੋ ਰਹੀ ਹੈ ਹੁਣ ਪ੍ਰਧਾਨ ਮੰਤਰੀ ਹਸੀਨਾ ਵੀ ਦੇਸ਼ ਛੱਡ ਚੁੱਕੇ ਨੇ ਇਸ ਤੇ ਚਲਦੇ ਹੋਏ ਬਹੁਤ ਸਾਰੇ ਭਾਰਤੀ ਭਾਰਤ ਪਰਤਣਾ ਚਾਹੁੰਦੇ ਨੇ ਫਿਲਹਾਲ 4500 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਪਰਤ ਚੁੱਕੇ ਨੇ ਹਿੰਸਾ ਦੇ ਇਸ ਦੌਰ ਵਿੱਚ ਬੰਗਲਾਦੇਸ਼ ਵਿੱਚ ਇੰਟਰਨੈਟ ਅਤੇ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜਿਸ ਕਾਰਨ ਲੋਕਾਂ ਨੂੰ ਮਦਦ ਮੰਗਣ 'ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਕੋਈ ਤੁਹਾਨੂੰ ਜਾਣਦਾ ਹੈ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਬੰਗਲਾਦੇਸ਼ ਵਿੱਚ ਕਸਿਆ ਹੋਇਆ ਹੈ ਇਸ ਦੇ ਲਈ ਤੁਸੀਂ ਭਾਰਤ ਤੋਂ ਉਸ ਦੀ ਮਦਦ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਭਾਰਤ ਵਿਦੇਸ਼ ਮੰਤਰਾਲਾ ਤੋਂ ਮਦਦ ਲੈ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਵਿਦੇਸ਼ ਮੰਤਰਾਲਾ ਦੇ ਹੈਲਪ ਪੋਰਟਲ madded.gov.in madded. gov.in ਤੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਵਿਦੇਸ਼ ਮੰਤਰਾਲਾ ਜਾਂ ਕੋਈ ਵੀ ਉਸ ਵਿਅਕਤੀ ਨੂੰ ਬਚਾਉਣ ਦੀ ਸੂਚਨਾ ਦੇ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਰਾਹੀਂ ਸਿੱਧੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਤੱਕ ਸਿੱਧੀ ਆਪਣੀ ਗੱਲ ਪਹੁੰਚਾ ਸਕਦੇ ਹੋ ਹੁਣ ਗੱਲ ਕਰਾਂਗੇ ਕੌਣ ਨੇ ਜਰਨਲ ਵਕਾਰ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਸੰਭਾਲਣਗੇ ਬੰਗਲਾਦੇਸ਼ ਦੀ ਕੀ ਵਾਕਟੌ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੁਣ ਅੰਤਰਿਮ ਸਰਕਾਰ ਚਾਰਜ ਸੰਭਾਲੇਗੀ ਬੰਗਲਾਦੇਸ਼ ਦੇ ਫੌਜ ਮੁਖੀ ਜਰਨਲ ਵਕਾਰ ਉਸ ਜ਼ਮਾਨੇ ਸੋਮਵਾਰ ਨੂੰ ਇੱਥੇ ਐਲਾਨ ਕੀਤਾ ਹੈ ਇਹ ਐਲਾਨ ਅਚੇਹ ਸਮੇਂ ਹੋਇਆ ਜਦੋਂ ਪਿਛਲੇ 2 ਦਿਨਾਂ ਤੋਂ ਹਸੀਨਾ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਨੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਦੇ ਦੇਸ਼ ਛੱਡਣ ਦੀ ਖਬਰ ਦੇ ਵਿਚਕਾਰ ਫੌਲਸੇਨਾ ਮੁਖੀ ਵਕਾਰ ਉਜ਼ ਜ਼ਮਾਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਮੈਂ ਦੇਸ਼ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਆ ਰਾਜਕਤਾ ਤੇ ਹਿੰਸਾ ਤੋਂ ਦੂਰ ਰਹੋ ਅਸੀਂ ਜਲਦੀ ਹੀ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਬਣਾਵਾਂਗੇ ਕਿਰਪਾ ਕਰਕੇ ਸਹਿਯੋਗ ਕਰੋ ਜੇਕਰ ਬੰਗਲਾਦੇਸ਼ ਵਿੱਚ ਤਖਤਾ ਪਲਟ ਤੋਂ ਬਾਅਦ ਫੌਜੀ ਸ਼ਾਸਨ ਲਗਾਇਆ ਜਾਂਦਾ ਹੈ ਤਾਂ ਪੂਰੇ ਦੇਸ਼ ਦੀ ਕਮਾਂਡ ਆਰਮੀ ਚੀਫ ਕੋਲ ਹੋਏਗੀ ਵਰਤਮਾਨ ਵਿੱਚ ਕਰ ਉਸ ਜ਼ਮਾਨ ਬੰਗਲਾਦੇਸ਼ ਦੇ ਸੈਨਾ ਮੁਖੀ ਨੇ ਲੇਫਟਨੈਂਟ ਜਰਨਲ ਵਕਾਰ ਉਸ ਜ਼ਮਾਨ ਨੂੰ ਹਾਲੇ ਵਿੱਚ ਤਰੱਕੀ ਦੇ ਕੇ ਆਰਮੀ ਜਰਨਲ ਨਿਯੁਕਤ ਕੀਤਾ ਗਿਆ ਸੀ ਲੈਫਟਨੈਂਟ ਜਰਨਲ ਵਕਾਰ 58 ਨੂੰ 11 ਜੂਨ 2024 ਨੂੰ ਥਲ ਸੈਨਾ ਦੇ ਮੁਖੀ ਵਜੋਂ ਚੁਣਿਆ ਗਿਆ ਸੀ 3 ਸਾਲਾਂ ਦੀ ਮਿਆਦ ਲਈ 23 ਜੂਨ 2024 ਨੂੰ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਬੰਗਲਾਦੇਸ਼ ਫੌਜ ਦੀ ਵੈੱਬਸਾਈਟ ਦੇ ਮੁਤਾਬਕ ਜ਼ਮਾਨ ਨੇ ਬੰਗਲਾਦੇਸ਼ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਮਾਸਟਰਸ ਆਫ ਡਿਫੈਂਸ ਸਟੱਡੀਜ਼ ਦੀ ਡਿਗਰੀ ਅਤੇ ਕਿੰਗਸ ਕਾਲਜ ਲੰਡਨ ਤੋਂ ਡਿਫੈਂਸ ਸਟੱਡੀਜ਼ ਦੇ ਵਿੱਚ ਮਾਸਟਰ ਆਫ ਆਰਟਸ ਦੀ ਡਿਗਰੀ ਹਾਸਲ ਕੀਤੀ ਹੈ ਐਤਵਾਰ ਨੂੰ ਪੁਲਿਸ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਹਿੰਸਕ ਝੜਪਾਂ ਦੇ ਵਿੱਚ ਕਈ ਲੋਕ ਮਾਰੇ ਗਏ ਬੰਗਲਾਦੇਸ਼ ਵਿੱਚ ਜਿਸ ਦੀ ਗਿਣਤੀ ਕਈ ਜਗ੍ਹਾ ਤੇ 300 ਵੀ ਦੱਸੀ ਜਾ ਰਹੀ ਹੈ ਤੇ ਕਈ ਜਗ੍ਹਾ ਤੇ ਇਹ ਗਿਣਤੀ 200 ਹੋਈ ਹੈ ਅਧਿਕਾਰਤ ਤੌਰ ਤੇ ਅਜੇ ਮਰਨ ਵਾਲਿਆਂ ਦੀ ਪੁਸ਼ਟੀ ਜਿਹੜੀ ਗਿਣਤੀ ਹੈ ਉਸ ਦੀ ਪੁਸ਼ਟੀ ਨਹੀਂ ਹੋ ਰਹੀ ਇਧਰ ਬੀਐਸਐਫ ਨੇ ਸੋਮਵਾਰ ਨੂੰ ਬੰਗਲਾਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ 4096 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਤੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਹਾਈ ਅਲਰਟ ਜਾਰੀ ਕੀਤਾ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਅਤੇ ਹੋਰ ਸੀਨੀਅਰ ਕਮਾਂਡਰ ਸੁਰੱਖਿਆ ਸਥਿਤੀ ਦਾ ਜ਼ਾਇਜ਼ਾ ਲੈਣ ਦੇ ਲਈ ਕੋਲਕਾਤਾ ਪਹੁੰਚ ਗਏ ਨੇ ਡਾਇਰੈਕਟਰ ਜਨਰਲ ਨੇ ਉਤਰੀ ਪਰਗਨਾ ਜ਼ਿਲ੍ਹੇ ਅਤੇ ਸੁੰਦਰਬਨ ਖੇਤਰ 'ਚ ਤਿਆਰੀਆਂ ਦੀ ਸਮੀਖਿਆ ਕੀਤੀ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਸ਼ੇਖ ਹਸੀਨਾ ਦਾ ਅਸਤੀਫਾ ਸਵੀਕਾਰ ਕਰ ਲਿਆ ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦ ਜ਼ਿਆਦੀ ਰਿਹਾਈ ਦਾ ਹੁਕਮ ਵੀ ਦਿੱਤਾ ਜੋ ਕਈ ਮਾਮਲਿਆਂ 'ਚ ਦੋਸ਼ੀ ਘਰਾਣ ਦਿੱਤੇ ਜਾਣ ਤੋਂ ਬਾਅਦ ਨਜ਼ਰਬੰਦ ਨੇ ਸ਼ਹਾਬੁਦੀਨ ਨੇ ਸੰਸਦ ਭੰਗ ਕਰਕੇ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਵੀ ਕੀਤਾ ਬੰਗਲਾਦੇਸ਼ ਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਆਮ ਜਨਤਾ ਨੂੰ ਲੌਂਗ ਮਾਰਚ ਟੂ ਟਾਕਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਵਿਚਾਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਝੜਪਾਂ 'ਚ ਕਈ ਲੋਕ ਮਾਰੇ ਗਏ ਸੀ ਝੜਪਾਂ ਐਤਵਾਰ ਸਵੇਰੇ ਹੋਈਆਂ ਜਦੋਂ ਪ੍ਰਦਰਸ਼ਨਕਾਰੀ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਦੇ ਝੰਡੇ ਹੇਠ ਆਸਾਯੋਗ ਪ੍ਰੋਗਰਾਮ ਸਾ ਲੈਣ ਪਹੁੰਚੇ ਸੀ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਮੈਸेंजर WhatsApp ਅਤੇ Instagram ਨੂੰ ਬੰਦ ਕਰਨ ਦਾ ਹੁਕਮ ਦਿੱਤਾ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ 4G ਇੰਟਰਨੈਟ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੁਣ ਦੇ ਲਈ ਪ੍ਰੋਗਰਾਮ ਦੇ ਵਿੱਚ ਇਨਾਈ ਬਰुणਕੌਰ ਮਾਨ ਨੂੰ ਦਿਵਾ ਗਿਆ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ